ਸਾਰੇ ਬਹੁਤ ਸਾਰੇ ਕਮੈਂਟ ਆਏ ਆ ਕਿ ਤੁਸੀਂ ਨਾਮ ਨਾ ਕਾਪੀ ਤੇ ਲਿਖ ਲਿਆ ਕਰੋ, ਜਿਨ੍ਹਾਂ ਜਿਨ੍ਹਾਂ ਲੈਣੇ ਹੁੰਦੇ ਤਾਂ ਯਾਦ ਰਹਿੰਦੇ। ਹੁਣ ਮੈਂ ਰੰਗ ਕਰਦੀ ਆ, ਤੁਹਾਨੂੰ ਤਾਂ ਰੰਗ ਕਰਨਾ ਹੀ ਨਹੀਂ ਉਹਦਾ। ਡੈਡੀ ਤੁਸੀਂ ਟੱਪ ਕੜੱਪਾ ਵੀ ਨਹੀਂ ਕੀਤਾ। ਮੰਮੀ ਮੰਮੀ 50 ਲੱਖ, ਜੇ ਵੀ 50 ਲੱਖ ਨਿਕਲ ਗਿਆ 1 ਲੱਖ ਤੁਹਾਡਾ ਟੋਕਨ ਨਿਕਲਿਆ ਵਿੱਚੋਂ, ਦੇਖਦੇ ਆ ਕਾਹਦਾ ਨਿਕਲਿਆ ਆ, ਕਰੇ 50 ਲੱਖ ਰੁਪਿਆ ਨਿਕਲ ਗਿਆ ਨਾ। ਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਬੈਕ ਮਾਈ ਨਿਊ ਵਲੌਗ। ਲਓ ਜੀ, ਅੱਜ ਕੰਮ ਸ਼ੁਰੂ ਕਰ ਦਿੱਤਾ ਆ ਰੰਗ ਦਾ, ਤੇ ਹੁਣ ਲੱਗਿਆ ਜੀ ਰੰਗ ਘੋਲਣ। ਰੰਗ ਤਿਆਰ ਕਰਨ ਲੱਗੇ ਆ, ਸਾਰੇ ਜਾਣੇ ਕਹਿ ਰਹੇ ਸੀ ਪੇਂਟ ਕਰ ਦੋ, ਵਿੱਚ ਪਰਪਲ ਕਹਿੰਦੇ ਸੀਗੇ ਤੇ ਪਰਪਲ ਕਲਰ ਦੀ ਡੱਬੀ ਲੈਂਦੀ ਆਪਾਂ, ਦੇਖਦੇ ਆ ਬਾਕੀ ਰੰਗ ਬਣਾ ਕੇ ਦੇਖਣੇ ਸੀ ਸਾਨੂੰ ਘਰ ਦੇ ਵਿੱਚ 2-3 ਡੱਬੀਆਂ ਨੇ ਡੱਬਣ ਦੀਆਂ ਰੰਗ ਬਣਾਉਣੇ ਵਾਲੀਆਂ 5-6 ਡੱਬੀਆਂ, ਤੇ ਆਪਾਂ ਇਹ ਵੀ ਨਵੀਂ ਲੈ ਕੇ ਆਏ ਹੁਣ ਇੱਕ। ਦੇਖਦੇ ਆ ਹੁਣ ਕਲਰ, ਮਤਲਬ ਕਿ ਜਿਹੜਾ ਪਰਪਲ ਕਲਰ ਲਿਆਂਦਾ ਲਾਈਟ ਬਣਦਾ ਕਿ ਡਾਰਕ ਬਣਦਾ, ਹੁਣ ਬਣਾ ਕੇ ਦੇਖਣ ਕੇ ਕਲਰ ਆਪਾਂ ਉਹ। ਤੇ ਤੁਸੀਂ ਸਾਰੇ ਜਣੇ ਇਹਦੀ ਵਲੌਗ ਨਾਲ ਬਣੇ ਰਹੋ, ਬਹੁਤ ਸਾਰਾ ਪਿਆਰ ਦੇ ਰਹੇ ਹੋ ਤੁਸੀਂ ਸਾਡੇ ਸਾਰੇ ਵਲੌਗਸ ਨੂੰ ਇੱਥੇ ਆ ਜਾ। ਤੇ 1-2 ਨਾਮ ਸੀ ਲੈਣੇ ਵਾਲੇ ਜਿਹੜੇ ਕਮੈਂਟ ਬਾਕਸ ਵਿੱਚ ਕਿਹਾ ਸੀਗਾ ਜਾ ਤੁਹਾਨੂੰ, ਨਹੀਂ ਤੁਹਾਡੇ ਫੋਨ ਕਿੱਥੇ ਆ? ਇਹ ਜੋਤੀ ਕੁਛ ਕਿ ਪਤਾ ਨਹੀਂ ਕੀ ਜੋਤੀ ਕਹੇਗਾ, ਤੁਹਾਡਾ ਫੋਨ ਕਿੱਥੇ ਆ? ਤੇ 1-2 ਨਾਮ ਹੈਗੇ ਉਹ ਆਪਾਂ ਲੈਣੇ ਆ, ਤੇ ਫਿਰ ਤੁਸੀਂ ਸਾਰੇ ਜਣੇ ਬਣੇ ਰਹੋ ਇਦਾਂ ਹੀ, ਕਿਉਂਕਿ ਫਿਰ ਨਾਮ ਹੁਣ ਫਿਰ ਸਾਰੇ ਜਣੇ ਆਪਾਂ ਕਲਰ ਰੰਗ ਬਣਾਉਣਾ ਆ, ਤੇ ਫਿਰ ਸਾਰਿਆਂ ਨੇ ਦੇਖਿਓ ਰੰਗ ਵਿੱਚ ਦੱਸ ਦਵਾਂਗੇ ਜਿਹੜੇ ਜਿਹੜੇ ਹੈਗੇ ਆ, ਆਪਾਂ ਦੇਖ ਲੈਣੇ ਬਾਅਦ ਵਿੱਚ, ਪਹਿਲੇ ਆਪਾਂ ਰੰਗ ਦਾ ਕੰਮ ਕਰ ਲਈਏ ਤੇ ਨਾਮ ਜ਼ਰੂਰ ਲੈ ਦਾਂਗੇ। ਆ ਜਾਓ ਰੰਗ ਬਣਾਉਣ ਅੱਗੇ ਆਪਾਂ ਹੁਣ ਡੱਬੀ ਲੈਣ ਦੀ ਆ ਰੰਗ ਦੀ। ਲਓ ਜੀ ਪਰਪਲ ਕਲਰ ਲੈਣ ਦਾ ਯਾਰ, ਹੁਣ ਲਓ ਜੀ ਪਰਪਲ ਕਲਰ ਕਹਿੰਦੇ ਪਏ ਆ ਸਾਰੇ ਜਾਣੇ, ਡੈਡੀ ਹੁਣ ਵੀ ਕਹਿੰਦੇ ਪਰਪਲ ਕਰਨਾ ਤੇ ਮਾਤਾ ਵੀ ਕਹਿੰਦੀ ਪਰਪਲ ਕਰਨਾ। ਜਾਮਣੀ ਆ ਮਾਤਾ ਦਾ ਸੂਟ ਕਿਹੜੇ ਰੰਗ ਦਾ? ਸਾਡੂ ਵੀ ਚੱਲੀ ਆ ਸਕੂਲ, ਕਾਰਡ ਪਾ ਲਿਆ ਗਲ ਦੇ ਵਿੱਚ ਤੇ ਕਹਿੰਦੀ ਮੈਂ ਸਕੂਲੇ ਜਾਣਾ ਆ ਪਹਿਲੇ। ਸੋਹਣਾ ਲੱਗਦਾ ਕਾਰਡ ਪਾਇਆ ਨਾ ਗਲ 'ਚ, ਇੱਦਾਂ ਤਾਂ ਬੈਂਕ 'ਚ ਲੱਗੀ ਹੁੰਦੀ ਹੈ। ਏਅਰਫੋਰਸ, ਏਅਰਫੋਰਸ ਵਿੱਚ ਕਰਦੇ ਹਾਂ ਨਹੀਂ ਆਪਾਂ ਇਹ ਆਪਣੀ ਕੁੜੀ ਨੂੰ ਜਿਹੜੀ ਜੱਛੂ ਆ ਇਹਨੂੰ ਆਪਾਂ ਕ੍ਰਿਕਟ ਵਿੱਚ ਕਰਾਂਗੇ, ਤੇ ਜਿਹੜੀ ਸਾਡੀ ਸਹਿਜੂ ਹੈ ਕਹਿੰਦੀ ਮਾਡਲਿੰਗ ਕਰਨੀ। ਸਹਿਜੂ ਕਹਿੰਦੀ ਮੈਂ ਮਾਡਲਿੰਗ ਕਰਨੀ ਆ, ਜੱਸੂ ਸਾਡੀ ਨੂੰ ਪਾਵਾਂਗੇ ਆਪਾਂ ਉਹਦੇ ਵਿੱਚ ਕ੍ਰਿਕਟ ਵਿੱਚ ਕਰਾਂਗੇ। ਇਹ ਪੁਲਿਸ 'ਚ ਬਣਨਾ, ਪੁਲਿਸ ਵਿੱਚ ਵੀ ਕਰਾ ਦਾਂਗੇ ਇਹਨੂੰ, ਕੋਈ ਨਹੀਂ ਜ਼ਿਆਦਾ ਉੱਦਾਂ ਮਾਡਲਿੰਗ 'ਚ ਆ। ਜੱਸੂ ਸਾਡੀ ਜਿਹੜੀ ਆ ਭਲਵਾਨੀ ਟਾਈਪ ਆ, ਤੇ ਇਹਨੂੰ ਆਪਾਂ ਇਹਨੂੰ ਆਪਾਂ ਪਾਵਾਂਗੇ ਖੇਡਾਂ ਵਿੱਚ, ਇਹਨੂੰ ਕ੍ਰਿਕਟ ਲਾਈਨ ਦੇ ਵਿੱਚ ਪਾਵਾਂਗੇ, ਦੇਖਦੇ ਚੌਕੇ ਛੱਕੇ ਮਾਰਦੀ ਕਿ ਨਹੀਂ ਮਾਰਦੀ, ਹੈ ਚੌਕੇ ਛੱਕੇ ਮਾਰਦੀ ਕਿ ਨਹੀਂ ਮਾਰਦੀ। ਲੈ 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 ਚਲੋ ਬਾਬਾ ਉਪਰੋਂ ਡਿੱਗ ਜਾਂਦਾ ਸੀਗਾ ਗੰਦ ਜਿਹਾ।
ਲੋ ਵੀ ਰੰਗ ਮੂੰਹ ਨਾ ਭੱਜੇ ਤੇਰੇ ਰੰਗ ਹੋਰ ਜਾਮ ਨਹੀਂ ਮੂੰਹ ਕਰਦੇ ਮੇਰਾ ਸੋਹਣਾ ਲੱਗਣਾ ਕਲਰ ਬਣਾ ਸਾਡੇ ਸਾਰੇ ਜੇ ਹੀ ਕਰਦੇ ਨੇ ਰੰਗ ਮੈਂ ਕਹਿੰਦਾ ਸਾਰੇ ਜੇ ਹੀ ਕਰਦੇ ਨੇ ਨਹੀਂ ਨਹੀਂ ਸਾਰਿਆਂ ਚ ਨਹੀਂ ਥੋੜਾ ਡਰ ਕਰ ਲਈਏ ਹੋਰ ਖਾਂਦੀਆਂ ਖਾਂਦੀਆਂ ਜਿਹੜੇ ਸੀਗੇ ਨਹੀਂ ਆਹ ਤੇ ਹੁਣ ਦੇਖ ਦੇ ਕਿੱਦਾਂ ਆਹ ਤੇ ਆਹ ਲੈ ਇੱਕ ਪਿੰਨੇ ਤਾਂ ਕੀ ਬਣਾ ਹੁਣ ਇਹ ਦੇਖ ਕਿੱਦਾਂ ਬਣਦਾ ਲਾਈਟ ਵੀ ਨਹੀਂ ਆ ਬਿਲਕੁਲ ਲਾਈਟ ਬਣਿਆ ਬਿਲਕੁਲ ਲਾਈਟ ਬਣੀ ਇਹ ਨਹੀਂ ਆ ਉਹੀ ਸਹੀ ਆ ਸਾਰੇ ਚ ਪਾਉਣਾ ਪੈਣਾ ਆ ਤਾਂ ਇੱਕ ਬਾਲਟੀ ਥੋੜੀ ਬਣਾਉਣੀ ਆ ਲੱਸੀ ਲੱਸੀ ਚੱਕ ਸਹਿਦ ਇੱਕ ਗਲਾਸੀ ਲੱਸੀ ਦੀ ਸਾਰੀ ਬਾਲਟੀ ਜਾਂ ਘੋੜੀ ਆ ਫਿਰ ਰੰਗ ਦੀ ਘੋਲਣੀ ਬਣੀ ਆ ਬਹੁਤ ਲਾਈਟ ਬਣਿਆ ਮੈਨੂੰ ਤਾਂ ਤਿੰਨ ਡੱਬੀਆਂ ਪੈਣੀਆਂ ਸਾਰੀ ਡੱਬੀ ਪੈਣੀ ਵਿੱਚ ਤਿੰਨ ਪੈਣੀਆਂ ਲੱਗਦੀ ਮੈਨੂੰ ਤਾਂ ਪਰ ਉਹ ਤਾਂ ਥੋੜੀ ਚ ਪਈ ਸੀ ਨਾ 50 ਰੁਪਏ ਦੀ ਆਈ ਡੱਬੀ ਹੋਰ ਇੱਕ ਰੰਗ ਠੀਕ ਆ ਹਮੀ ਤੇ ਦੋ ਰੰਗ ਕਰਨੇ ਜੇ ਹੋਰ ਲੈ ਗਏ ਵੀ ਤਾਂ ਪਰਪਲ ਨਾਲ ਮੈਚ ਦੇ ਲੈਣੇ ਕਿਹੜਾ ਕਰਨਾ ਇੱਕ ਰੈੱਡ ਆਉਣਾ ਨਾਲ ਤੇ ਰੈੱਡ ਦਾ ਥੋੜਾ ਲਾਈਟ ਜਿਹਾ ਕਿਤੋਂ ਬਣਦਾ ਹੁੰਦਾ ਰੈੱਡ ਆ ਇਹ ਜੈਲੋ ਜਿਹਾ ਆ ਤੇ ਇੱਕ ਹੋਰ ਰੰਗ ਆ ਹਰਾ ਆ ਹਰਾ ਹਰਾ ਜਿਹਾ ਆ ਪਰਪਲ ਨਾਲ ਕਿਹੜਾ ਸੋਹਣਾ ਲੱਗਦਾ ਪਰਪਲ ਨਾਲ ਗ੍ਰੀਨ ਸੋਹਣਾ ਲੱਗਦਾ ਨਹੀਂ ਨਹੀਂ ਪਰਪਲ ਨਾਲ ਇਹ ਉਹ ਯੈਲੋ ਵੀ ਸੋਹਣਾ ਲੱਗਣਾ ਨਹੀਂ ਪਰਪਲ ਨਾਲ ਯੈਲੋ ਨਹੀਂ ਨਹੀਂ ਦੋ ਗੰਨਾ ਹੋ ਤੇ ਦੋ ਗੰਨਾ ਹੋ ਹਾਂ ਪਰਪਲ ਜਿਹਾ ਸ਼ੇਡ ਬਣਾਇਆ ਥੋੜਾ ਡਾਰਕ ਕਰ ਲੈਨੇ ਆਪਾਂ ਇਹਨੂੰ ਲਓ ਜੀ ਹੁਣ ਅੱਧਾ ਰੰਗ ਕੱਢਣ ਲੱਗਿਆ ਜੀ ਇੱਕ ਪਾਰਟੀ ਵਿੱਚ ਕਿਉਂਕਿ ਜੇ ਹੋਰ ਰੰਗ ਵੀ ਕਰਨਾ ਹੋਇਆ ਤਾਂ ਫੇਰ ਰੰਗ ਬਚ ਜੂਗਾ ਨਹੀਂ ਤਾਂ ਫੇਰ ਇੱਕ ਵਿੱਚ ਘੋਲ ਦਿੱਤਾ ਤਾਂ ਫੇਰ ਇੱਕ ਹੀ ਕਲਰ ਬਣਨਾ ਆਹ ਦੇਖ ਲਓ ਆਹ ਵਾਈਟ ਕਲਰ ਆ ਤੇ ਆਹ ਹੈਗਾ ਆ ਪਰਪਲ ਪਰਪਲ ਕਲਰ ਵੀ ਸੋਹਣਾ ਆ ਨਾ ਦਲਵੰਦ ਬਲੂਨਾ ਵਾਲਾ ਪਰਪਲ ਜਸਲੀਨ ਚੱਲੀ ਹੈ ਲੱਗਦਾ ਕਿ ਉੱਧਰ ਕਮਰੇ 'ਚ ਇਹ ਸੁੱਤੀ ਸੀ ਇਹ ਲੋ ਜੀ ਰੰਗ ਘੁਲ ਗਿਆ ਆ
ਕਲਰ ਹੁਣ ਅੱਧੀ ਬਾਲਟੀ ਦਾ ਕਰ ਲਓ ਫਿਰ ਪਰਪਲ। ਤੁਹਾਨੂੰ ਪੂਰੀ ਬਾਲਟੀ ਲੱਗ ਜੂ ਇਸ ਕਮਰੇ 'ਚ ਹੈ, ਪਰ ਸਾਡੇ ਕਮਰੇ 'ਚ ਲੱਗ ਗਈ ਸੀ। ਹੋਰ ਅੱਧੀ ਬਾਲਟੀ ਉੱਦਾਂ ਸੀ, ਇੱਕ ਉੱਦਾਂ ਲਿਆਂਦੀ, ਥੋੜਾ ਰੰਗ ਉੱਦਾਂ ਲਿਆਂਦਾ ਸੀ। ਬਾਲਟੀ ਵੀ ਹੁਣ 1200 ਰੁਪਏ ਦੀ ਹੋਈ ਆ। ਉਹਦਾ ਵਿੱਚ ਪਾਣੀ ਨੀ ਪਾਉਂਦੇ, ਇੱਦਾਂ ਸੰਘਣਾ ਮਾਰ ਦਿੰਦੇ ਬਾਕੀ। ਪਾਣੀ ਤਾਂ ਪਾਉਣਾ ਵੀ, ਸੰਘਣਾ ਵੱਜਣਾ ਹੀ ਨੀ। ਲਓ ਜੀ ਰੰਗ ਲੱਗਾ ਆ ਹੁਣ ਸ਼ੁਰੂ, ਸਟਾਰਟ ਹੋਣ ਲੱਗਾ ਹੁਣ ਰੰਗ। ਪਹਿਲੇ ਆਹ ਕੰਧ ਹੋਊਗੀ, ਉਸ ਤੋਂ ਬਾਅਦ ਵਿੱਚ ਬਾਕੀ ਕੰਧਾਂ ਹੋਊਗੀਆਂ। ਅਤੇ ਸਲੀਨ ਵੀ ਦੇਖਣ ਲੱਗੀ ਕਿਹੜਾ ਰੰਗ ਹੋਣ ਲੱਗਾ, ਸਾਰੇ ਨਿਗਾਹ ਹੁਣ ਰੰਗ ਵੱਲ ਹੀ ਆ ਕਿ ਕਲਰ ਕਿੱਦਾਂ ਦਾ। ਇਹ ਬਹੁਤ ਲਾਈਟ ਆ, ਇਹ ਚਿੱਟਾ ਹੀ ਲੱਗਦਾ, ਇਹ ਤਾਂ ਹੈ ਨਾ, ਜਾਮਨੀ ਤਾਂ ਲੱਗਦਾ ਹੀ ਨਹੀਂ। ਵਿੱਚ ਪਾਓ ਹੋਰ, ਹੈ ਨੀ ਗੱਲ ਬਣੀ ਆਹੋ। ਆ ਜਿਹੜਾ ਜੇ ਤਾਂ ਪੱਟੀ ਕੀਤੀ, ਇੱਥੇ ਮਾਰੋ ਮਾੜਾ ਜਿਹਾ, ਇੱਥੇ ਨਾ ਖੂਨ ਜਦੋਂ ਚਿੱਟਾ ਕਰਨਾ ਸ਼ੁਰੂ ਤਾਂ ਕਰਤਾ ਸੀ, ਪਰ ਰੰਗ ਤਾਂ ਬਈ ਫਿੱਕਾ ਬਹੁਤ ਜ਼ਿਆਦਾ ਆ, ਅਤੇ ਇਸ ਕਰਕੇ ਹੁਣ ਰੰਗ ਹੋਣ ਲੱਗਾ ਜੀ ਡਾਰਕ। ਪੂਰੀ ਬਾਲਟੀ ਵਿੱਚ ਪੂਰੀ ਸ਼ੀਸ਼ੀ ਪਾ ਲਓ। ਜਸਲੀਨ ਦੇ ਰੋਜ਼ ਹੀ ਇੰਨੀਆਂ ਗਾਲਾਂ ਪੈਂਦੀਆਂ ਨਾ, ਇੰਨੀ ਇਹਦੇ ਕੁੱਟ ਪੈਂਦੀ ਤਾਂ ਵੀ ਨਹੀਂ ਮੰਨਦੀ। ਚੱਲੀ ਫੇ ਦੇਖ ਜੀ, ਹੁਣ ਰੰਗ ਪੈਣ ਲੱਗਾ ਆ ਹੋਰ, ਅਤੇ ਰੰਗ ਜਿਹੜਾ ਇਹ ਬਹੁਤ ਜ਼ਿਆਦਾ ਲਾਈਟ ਸੀ। ਇੱਦਾਂ ਨਾ ਪਾਓ, ਪੂਰੀ ਸ਼ੀਸ਼ੀ ਪਾ ਦਿਉ ਤਾਂ, ਔਰ ਜ਼ਿਆਦਾ ਡਾਰਕ ਹੋਣਾ ਚਾਹੀਦਾ ਜਿੱਦਾਂ ਉਹ ਫੋਟੋ ਵਿੱਚ ਸੀ। ਸ਼ਹਿਰ ਚੱਲੀ ਹੁਣ ਪਾਣੀ ਲੈਣ, ਹੈਂ ਦਿਹਾੜੀ ਚੱਲੇ ਪਾਣੀ ਲੈਣ, ਦਿਹਾੜੀ ਪਾਣੀ ਲੈ ਕੇ ਆ ਗਏ ਆ ਹੁਣ, ਅਤੇ ਹੁਣ ਪਊਗਾ ਆਹ ਲੈ ਚੱਕ। ਚਾਹੀਦੀ ਨੀ ਬੈਲਟ, ਉਹਨੂੰ ਕਹਿੰਦੀ ਤੂੰ ਵੀ ਆ ਜਾ ਸਹਿਰ ਨੂੰ, ਸਹਿਰ ਨੂੰ ਕਹਿੰਦੀ ਤੂੰ ਵੀ ਆ ਜਾ। ਦਿਖਾਇਓ ਆਹ, ਦਿਖਾਇਓ ਹਾਂ, ਦਿਖਾਇਓ ਹਾਂ, ਇੱਦਾਂ ਦਾ ਹੋਣਾ ਚਾਹੀਦਾ, ਪਾਣੀ ਚ ਹੁਣ ਹੋਇਆ, ਹੁਣ ਦਿਖਾ ਤਾਂ ਲੱਗਾ ਬਾਲਟੀ ਮਾੜਾ ਜਿਹਾ, ਪਰ ਫੇਰ ਥੋੜਾ ਘੱਟ ਆ ਹਲੇ ਵੀ, ਦੋ ਡੱਬੀਆਂ ਪੈਣੀਆਂ ਸੀ ਇਹ ਚ ਪੂਰੀਆਂ। ਉਹ ਚਿੱਟਾ ਹੀ ਲੱਗਣਾ, ਚਿੱਟਾ ਹੀ ਲੱਗਣਾ, ਇਹ ਡਬਲ ਕੋਟ ਤੇ ਭਾਵੇਂ ਦਿਖੂਗਾ ਡੈਡੀ, ਕਿਉਂਕਿ ਕੰਧਾ ਪੀਲੀ ਆ ਨਾ ਥੱਲੇ ਉਹ ਰੰਗ। ਆ ਪਾਪਾ ਬਾਜਾ ਮਾਰਦੀ, ਕੀ ਆ ਰੰਗ ਆ ਹੋਰ ਕੀ ਆ, ਇਹ ਕੀ ਆ, ਇਨਾਮ ਤਾਂ ਨਿਕਲ ਗਿਆ ਕੋਈ, ਬਾਲਟੀ ਨਾਮ ਵੀ ਨਿਕਲ ਨੀ ਦਿੰਦਾ ਹੈ। ਧੋ ਲਓ ਮਾੜਾ ਜਿਹਾ, ਦਿਖਾਓ ਸਹੀ ਕੀ ਆ, ਕਿਤੇ ਲੱਖ ਰੁਪਇਆ ਨਾ ਨਿਕਲ ਗਿਆ ਡੈਡੀ ਕਿਤੇ ਹੋਰ ਮਾਲ। ਮੰਮੀ ਕਿੱਦਾਂ ਉੱਠੀ ਦੱਸ, ਮੰਮੀ ਮਿਲਾ ਤਾਂ 50 ਲੀਟਰ ਦੀ ਬਾਲਟੀ ਮਿਲੀ ਰੰਗ ਦੀ,
ਆ ਨਿਕਲਿਆ ਜਾ ਟੋਕਨ ਨਿਕਲਿਆ ਵਿੱਚੋਂ ਤੇ ਦੇਖਦੇ ਆ ਕਾਹਦਾ ਨਿਕਲਿਆ ਆ ਕਰੇ 50 ਲੱਖ ਰੁਪਿਆ ਨਿਕਲ ਗਿਆ ਨਾ ਮੰਮੀ ਮੰਮੀ 50 ਲੱਖ ਜੇ ਵੀ 50 ਲੱਖ ਨਿਕਲ ਗਿਆ 1 ਲੱਖ ਤੁਹਾਡਾ ਨਿਕਲ ਜਾਵੇ ਮੈਨੂੰ ਲੱਗਦਾ 50 ਲੀਟਰ ਉਹ ਦੇਣਾ ਰੰਗ 50 ਲੀਟਰ ਰੰਗ ਕਿੰਨਾ ਕਿੰਨਾ ਹੁੰਦਾ ਨਾ ਇਹ ਫਿਰ ਕੀ ਕਰਨਾ ਇਹ ਕਾਨੂੰ ਪਾਇਆ ਸੀ ਇਹਨਾਂ ਨੇ ਦਿਮਾਗ ਖਰਾਬ ਕਰਨ ਤੁਹਾਡਾ 50 ਪਾਉਂਡ ਵੀ ਮਿਲਣੇ ਉਹ ਕਿੰਨੇ ਹੁੰਦੇ 50 ਪਾਉਂਡ ਕਿੰਨੇ ਬਣਦੇ ਨਾ ਪਾਉਂਡ ਦਾ ਕੀ ਰੇਟ ਆ 50 ਪਾਉਂਡ ਲਿਖੇ ਆ ਨਹੀਂ ਪੁੱਛੂ ਮਾਨੂੰ ਕੀ ਇਹਦਾ ਨਿਕਲਿਆ ਵੀ ਕੀ ਚੱਕਰ ਹੈ ਨਾ ਹੁਣ ਜਿਹੜਾ ਟੋਕਨ ਨਿਕਲਿਆ ਉਹ ਦੇਖਦੇ ਆ ਕੀ ਨਿਕਲਿਆ 50 ਰੁਪਏ ਬਣਦੇ ਆ ਕੀ ਨਿਕਲਿਆ ਆ ਕੀ ਮਿਲ ਗਿਆ ਤਾਂ ਪਾਉਂਡਸ ਦੇਖੋ ਜੀ ਇਹ ਬਾਅਦ ਚ ਨਿਕਲਿਆ ਟੋਕਨ ਹੈ ਤੇ ਲਿਖਿਆ 50 ਪਾਉਂਡ 50 ਪਾਉਂਡ ਨੂੰ ਦੇ ਦੁਕਾਨਦਾਰ ਨਾਲ ਗੱਲ ਕਰਾਂਗੇ ਜੇ ਤਾਂ ਮਿਲ ਗਏ ਦੇਖਦੇ ਆ ਨਹੀਂ ਮਿਲੇ ਤਾਂ ਵੀ ਠੀਕ ਆ ਬਾਕੀ ਹੁਣ ਦੁਕਾਨਦਾਰ ਦੇ ਸਿਰ ਤੇ ਆ ਜੇ ਅਗਲੇ ਦੇ ਤੇ ਲੈ ਕੇ ਤਾਂ ਬਾਕੀ ਕਿਸਮਤ ਦਾ ਮਿਲਨੇ ਕੋ ਮਿਲ ਜੂਗੇ ਨਹੀਂ ਤਾਂ ਫਿਰ ਦੁਕਾਨਦਾਰ ਦੀ ਹੈ ਚੁਆਇਸ ਕੀ ਕਹਿੰਦਾ ਇਹ ਤਾਂ ਕਹਿੰਦੇ ਉਹ ਪਤਾ ਨਹੀਂ ਕੌਣ ਜੋ ਵੀ ਟ੍ਰਾਂਸਫਾਰਮ ਹੋਏ ਤਾਂ ਉਹ ਕਿਦਾਂ ਹੋਣੇ ਉਹਨੇ ਵੈਬਸਾਈਟ ਤੇ ਜਾ ਕੇ ਕੋਈ ਕਰਨੇ ਨੰਬਰ ਦਾ ਕੁਝ ਹੈ ਨਹੀਂ ਉੱਤੇ ਕੋਡ ਵੀ ਹੋਣਾ ਚਾਹੀਦਾ ਕੋਡ ਤਾਂ ਹੈ ਨਹੀਂ ਕੋਈ ਲੋ ਜੀ ਪਹਿਲੀ ਵਾਰੀ ਬਾਲ ਜੀ ਕੋਈ ਨਿਕਲਿਆ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਹੁਣੇ ਮਿਲਣਾ ਕਿ ਨਹੀਂ ਮਿਲਣਾ ਹਾਂ ਹੁਣ ਸਹੀ ਆ ਹੋਰ ਦਿਸਦਾ ਵੀ ਅੱਗੇ ਦਿਸਦਾ ਵੀ ਨਹੀਂ ਸੀ ਹੁਣ ਸਹੀ ਆ ਹਾਂ ਲਕੀਰ ਜੀ ਕਾਹਦੀ ਆਈ ਵਿੱਚ ਫਿਰ ਮਾਰੋ ਫਿਰ ਉਦੇ ਕਦ ਮਾਰੀ ਜਾਂਦੇ ਬੰਦੇ ਨੂੰ ਪਸੰਦ ਹੀ ਨਹੀਂ ਹੋਣਾ ਮੇਰੇ ਹੱਥ ਦਾ ਚਾ 2 ਮਿੰਟ ਚ ਨਾ ਉਤਰੀ ਤਾਂ ਕਹਿ ਦਿੱਤੀ ਮੇਰਾ ਨਾ ਪਟਾ ਦੀ ਮੰਮੀ ਦੇਖਾ ਰੰਗ ਤੇ ਕਿੱਤਾ ਹੀ ਰਸੋਈ ਚ ਧਮਾਲਾ ਹੀ ਪਾਤਗਾ ਹੀ ਉੱਪਰ ਹੀ ਮਾਰਾ ਕੂੰਜੇ ਚ ਹੀ ਫੜ ਗਈ ਮਾਰ ਕੂੰਜੇ ਚ ਹੀ ਫੜ ਗਈ ਰਸੋਈ ਜੇ ਰਸੋਈ ਚ ਕੰਨ ਬਹਿ ਗਏ ਫਿਰ ਕਮਰਾ ਰਹਿ ਜਾਣਾ ਤੁਹਾਡਾ ਮਾਤਾ ਰਸੋਈ ਦੀ ਪਈ ਆ ਪੱਟੀ ਵੀ ਰਸੋਈ ਦੀ ਮਾਰ ਦੋ ਰੰਗ ਵੀ ਰਸੋਈ ਦੀ ਮਾਰ ਦੋ ਲਓ ਜੀ ਰੰਗ ਹੋ ਗਿਆ ਪਰਮਾਤਮਾ ਦੀ ਕਿਰਪਾ ਨਾਲ ਸ਼ੁਰੂ ਬਹੁਤ ਚਿਰ ਲੱਗ ਗਿਆ ਅੜਿੱਕਾ ਬਹੁਤ ਆਈਆਂ ਵਿੱਚ ਤੇ ਹੁਣ ਸ਼ੁਰੂ ਹੋ ਹੀ ਗਿਆ ਦੇ ਦੇ ਸਹਿਜ ਇੱਧਰ ਮਾਰਿਆ ਪਹਿਲਾਂ ਉੱਧਰ ਕਰ ਲਓ ਤਾਂ ਕੋਈ ਨੀ ਉਂਗਲੀ ਆਈ ਤੂੰ ਬਾਲਟੀ ਹੋ ਲੈਣਾ ਥਾ ਇਹ ਦੱਸਣਾ ਪਹਿਲਾਂ ਫਾਰ ਜੋ ਆਹੋ ਥੱਲੇ ਨੀ ਡਿੱਗੇ ਬਹੁਤਾ ਝਾੜੀ ਨਾਲ ਗਾਲ
ਜੀ ਰੰਗ ਜਿਹੜਾ ਪਰਪਲ ਕਲਰ ਕੀਤਾ ਆ ਤੇ ਪਰਪਲ ਕਲਰ ਇੰਨਾ ਕੁ ਬਣਿਆ ਡਾਰਕ, ਜ਼ਿਆਦਾ ਡਾਰਕ ਨਹੀਂ ਬਣ ਰਿਹਾ। ਦੇਖਦੇ ਹਾਂ ਜੇ ਨਹੀਂ ਗੱਲ ਬਣੀ ਤਾਂ ਫਿਰ ਇੱਕ ਡੱਬੀ ਹੋਰ ਲੈ ਕੇ ਆਉਣੀ ਪੈਣੀ ਆ ਜ਼ਿਆਦਾ ਡਾਰਕ ਕਰਨ। ਮੈਂ ਨਾ ਇੱਕ ਡੱਬੀ ਲੈ ਆਉਂਦੇ ਹੋਰ ਲਿਆਉਣੀ ਪੈਣੀ ਆ। ਹੈ ਨਹੀਂ ਗੱਲ ਬਣਨ ਦੀ, ਨਹੀਂ ਬਣਨ ਦੀ, ਮੈਂ ਕਹੀ ਜਾਂਦੀ ਆ ਮੈਂ ਇੱਕ ਡੱਬੀ ਲੈ ਆਉਂਦੇ ਹੋਰ। ਕੁਝ ਨਹੀਂ ਹੁੰਦਾ ਉੱਥੇ, ਇੱਕ ਡੱਬੀ ਨਾਲ ਕੀ ਹੋਣਾ। ਆ ਮੈਨੂੰ ਪੁੱਛ ਪਤਾ ਕਿ ਮੈਨੂੰ ਤਾਂ ਸਾਰਾ ਗਿਆ ਆਪੂ ਦੇ ਕਿੰਨਾ ਵਧੀਆ ਲਿਆ ਕਿਹੜਾ ਫੇਰ। ਲਓ ਜੀ ਰੰਗ ਹੋ ਗਿਆ ਆ ਕੰਪਲੀਟ, ਕੰਪਲੀਟ ਨਹੀਂ ਹੈ ਸ਼ੁਰੂ। ਇਹਦੇ ਜੱਛੂ ਦੇ ਕਰਨ ਦਿਆ ਆ, ਜੱਛੂ ਦੇ ਕਰਨ ਦਿਆ ਇੱਧਰ, ਦੇਖਦੀ ਕੀ ਫੜਾ ਆ। ਬੜੀ ਤੇਜ਼ ਆ ਟੁੱਟੀ ਇਹ। ਮਾਰ ਲੈ ਕੋੜਾ, ਅਗਲਾ ਕੋੜਾ ਡਾਰਕ ਮਾਰ ਦਾ ਕੁੱਤੂ ਦੀ। ਹੁਣ ਆਪਾਂ ਚੱਲੇ ਜੀ ਡੱਬੀ ਰੰਗ ਦੀ ਲੈਣ ਇੱਕ ਹੋਰ। ਡਾਰਕ ਕਲਰ ਬਣਿਆ ਨੀ, ਗੱਲ ਨੀ ਬਣੀ ਹੈਗੀ, ਬਾਕੀ ਦੇਖਦੇ ਆ ਕੀ ਗੱਲ ਬਣਦੀ ਕਿ ਨਹੀਂ ਬਣਦੀ। ਇੱਕ ਡੱਬੀ ਹੋਰ ਲੈ ਆਉਂਦੇ ਆ ਪਰਪਲ ਕਲਰ ਦੀ। ਲਓ ਜੀ, ਲਓ ਜੀ, ਲਓ ਜੀ, ਜੱਛੂ ਪੀਣ ਕਾ ਦੁੱਧ ਜੀ, ਲਓ ਜੀ ਜੱਛੂ ਦੁੱਧ ਪੀਣ ਕਾ ਜੀ, ਜੱਛੂ ਪੀਣ ਕਾ ਦੁੱਧ। ਤੇ ਉੱਧਰ ਹੋ ਰਿਹਾ ਰੰਗ, ਇੱਧਰ ਜੱਛੂ ਦੁੱਧ ਪੀਣ ਲੱਗਾ ਆ। ਤੇ ਰੰਗ ਦੀ ਡੱਬੀ ਇੱਕ ਹੋਰ ਲੈਣ ਚੱਲੇ ਹਾਂ ਅਸੀਂ, ਤੇ ਪਰਪਲ ਕਲਰ ਡਾਰਕ ਦਿਖਾਉਣਾਂਗੇ ਤੁਹਾਨੂੰ। ਐਨਾ ਚੱਕ ਮਾਰਿਆ, ਉਦਾਂ ਇਹ ਵੀ ਸੋਹਣਾ ਲੱਗਦਾ ਫਿਰ। ਮੈਂ ਨਾ ਚੜ ਜਾਣਾ, ਇਹ ਚੜੂ ਨਾ। ਉਦਾਂ ਵੀ ਯਾਰ ਇਹ ਗੂੜਾ ਚਾਹੀਦਾ ਰੰਗ ਨਾਲੇ, ਗੂੜਾ ਸੋਹਣਾ ਲੱਗਣਾ ਅੰਦਰ ਹੈਦਾ ਨਾ। ਲਓ ਜੀ ਬੁਰਸ਼ ਫੜਨਾ ਸਿਖਾਤਾ ਆ। ਤੇ ਇਹ ਤਾਂ ਆਪਣੀ ਸੱਸ ਵਾਂਗੂ ਕਰਦੇ ਸੀ ਪਹਿਲੇ, ਜਿੱਦਾਂ ਮਾਤਾ ਨੇ ਕੀਤਾ ਰਸੋਈ 'ਚ ਛਾਲਾਂ ਮਾਰ ਮਾਰ ਕੇ, ਉੱਦਾਂ ਕਰਨ ਦੇ ਹੀ ਸੀਗੀ। ਤੇ ਹੁਣ ਇਹਨੂੰ ਬੁਰਸ਼ ਫੜਨਾ ਸਿਖਾਇਆ ਕਿੱਦਾਂ ਕਰਨਾ ਆ। ਟਾਈਮ ਪੀਸ ਦੇ ਲਓ ਲੱਗਾ ਉੱਤੇ, ਹੁਣ ਕੀਤਾ ਸ਼ੁਰੂ। ਘੋੜੀ ਲੈ ਕੇ ਆਏ, ਘੋੜੀ ਵੀ ਅਗਲੇ ਦੇਣੀ ਆ, ਫਟਾਫਟ ਕੰਮ ਨਿਬੇੜੀਏ। ਹੁਣ ਕੰਧ ਦੇਖ ਕਿੱਡੀ ਸਾਰੀ ਹੋ ਗਈ ਹੈ, ਕੰਧ ਬਹੁਤ ਵੱਡੀ ਆ ਇਹ, ਇਹਨੂੰ ਮੈਨੂੰ ਲੱਗਦਾ ਪਾਰਟੀ ਸਾਰੀ ਲੱਗਣੀ ਹੈ। ਮੈਂ ਫਿਰ ਰੰਗ ਰੂਗ ਲੈ ਕੇ ਆਉਣਾ ਜਾ ਕੇ। ਬੰਦ ਕੀਤਾ ਆ ਤੇ ਕਹਿੰਦੇ ਉੱਪਰੋਂ ਉੱਪਰੋਂ ਪਹਿਲਾਂ ਕੱਢ ਲਾ, ਸਿਰ 'ਚ ਨਾ ਵੱਜ ਜਾਵੇ। ਤੇ ਹੁਣ ਸਾਰੇ ਜਾਣੇ ਗਰਮੀ ਵਿੱਚ ਬੈਠੇ ਆ, ਬੁਰਾ ਹਾਲ। ਪੱਖਾ ਹੁਣ ਕਿਹਾ ਹੋਣਾ ਜੀ, ਪੱਖਾ ਸਾਫ਼ ਨਹੀਂ ਕੀਤਾ ਤੁਸੀਂ। ਘੱਟੇ ਮਿੱਟੀ ਦਾ ਕੰਮ ਕਰਨ ਦੇ ਤਾਂ ਪੱਖੇ 'ਚ ਘੱਟਾ ਵੀ ਤਾਂ ਜੰਮਿਆ ਆ। ਹੁਣ ਅਸੀਂ ਜਦੋਂ ਰੰਗ ਕਰਦੇ ਪਏ ਹਾਂ, ਜਦੋਂ ਕੰਪਲੀਟ ਹੋ ਗਿਆ ਪੱਖਾ ਵੀ ਸਾਫ਼ ਕਰ ਦੇਣਾ।
ਮੈਂ ਕਿਹਾ ਜੇ ਸਲੀਨ ਚੱਲਦੀ ਪੱਖੀ, ਮੈਂ ਕਿਹਾ ਹੈ ਕਿੱਥੇ ਲੱਗੇ ਦਾ ਪਸੀਨਾ ਆਇਆ ਇਹਨੂੰ, ਦੇ ਪੈਨਸਲਾਂ ਕਿੱਦਾਂ ਮੂੰਹ 'ਚ ਪਾਈਆਂ ਦੋ ਦੋ। ਪਾਪਾ ਪਾਣੀ ਪੀਣਾ? ਆਹੋ ਮੰਮੀ ਨੂੰ ਡਰ ਲੱਗੀ ਜਾਂਦਾ ਵੀ ਉੱਪਰ ਪੱਖਾ ਚੱਲਦਾ ਆ, ਉਹ ਤਾਂ ਹੈਗਾ ਹੀ ਪੱਖਾ ਲੱਗ ਹੀ ਗਿਆ। ਕਲਰ ਦੱਸਿਓ ਸਹੀ ਆ ਇਹ, ਪਰ ਦੂਜਾ ਕੋਡ ਹੋਊਗਾ ਫੇਰ ਡਰ ਪਾਉਣਾ ਇਹ, ਹਾਲੇ ਕਹਿ ਰਿਹਾ ਹੀ ਕੋਡ ਆ। ਹੁਣ ਮੈਂ ਰੰਗ ਕਰਦੀ ਆ, ਤੁਹਾਨੂੰ ਤਾਂ ਰੰਗ ਕਰਨਾ ਹੀ ਨਹੀਂ ਉਹਦਾ। ਮੰਮੀ ਲੱਗਿਆ ਜੀ ਰੰਗ ਕਰਨ ਨਵਾਂ ਸੂਟ ਪਾ ਕੇ। ਹੈਂ ਮੰਮੀ ਕਹਿੰਦੇ 4 ਮਹੀਨੇ ਹੋ ਗਏ ਲੱਗਿਆ ਨੂੰ, ਮੈਂ ਅੱਜ ਕੰਮ ਕੋਨੀ ਆ। ਹੈਂ ਲਓ ਜੀ ਮੰਮੀ ਗਏ ਹੁਣ ਰੰਗ ਕਰਨ, ਕੰਮ ਮੁਕਾਉਣ ਲੱਗੇ ਮੰਮੀ। ਮੰਮੀ ਕਿਤੇ ਬਾਲਟੀ ਨਾ ਸੁੱਟ ਦੀ ਏਡੀ ਉੱਪਰ ਕੰਧ ਦੇ। ਚੱਲ ਹੋ ਗਿਆ ਰੰਗ, ਕਿਹੜਾ ਕੰਧ ਮੰਮੀ ਡਰ ਲਾ ਪਵੇ ਲਿਖਦੇ ਕਿ ਮੈਨੂੰ ਨਾ ਪੋਚੇ ਬਣਾਉਣਾ ਸਿਖਾਉਣ ਲਾ ਪਵੇ। ਹਾਂ ਉਹ ਇਹ ਬੰਦਾ ਵੀ ਹੈਗਾ ਮਿਰਚ ਦਾ ਹੈ। ਲਓ ਜੀ ਰੰਗ ਹੋ ਲੱਗਾ। ਆਹ ਹਾ ਹਾ ਡੈਡੀ ਕਿੱਦਾਂ ਦਾ ਮਹਿਸੂਸ ਹੋ ਰਿਹਾ? ਸੋਹਣਾ ਡਰ ਲੱਗਦਾ ਤਾਂ ਮੇਰੇ ਚ ਤਾਂ ਬੇਟੀ ਲੱਗ ਗਈ, ਮੇਰੇ ਨਾਲ ਅੱਗੇ ਇੱਦਾਂ ਹੀ ਹੁੰਦੀ। ਮਾਂ ਕਹਿੰਦੀ ਉਹ ਜਾਣਾ ਪੁਰਚ। ਹੈ ਬੜਾ ਸੁੱਕਾ ਸੁੱਕਾ ਬੁਰਜ ਪਤਾ, ਭੇਜੋ ਥੋੜਾ ਜਿਹਾ, ਕੋਈ ਟੈਨਸ਼ਨ ਨੀ ਮੂੰਹ ਨੂੰ। ਲੋ ਜੀ ਮੰਮੀ ਆਪ ਹੀ ਉੱਠ ਗਏ ਅੱਜ, ਇਹ ਕਹਿੰਦੀ ਬੂਟ ਪਾਲਚ ਕਰਾ ਲਓ ਬੂਟ ਪਾਲਚ। ਨਹੀਂ ਜਿੱਦਾਂ ਸਹੀ ਰਹਾ ਤਾਂ ਉਦਾਂ ਕਰੋ ਤੁਸੀਂ। ਹਾਂ ਹਿੰਨਾ ਵੀ ਬਸ ਹੁਣ ਫੇਰ ਪੇ ਲਓ। ਡੈਡੀ ਤੁਸੀਂ ਡੱਬ ਕੜੱਬਾ ਵੀ ਨੀ ਕੀਤਾ, ਲੋਹਾ ਡੈਡੀ ਤਾਂ ਇੱਕ ਦਿਨ ਚ ਕਰ ਦੇਣਾ ਸੀ ਸਾਰਾ। ਹੈ ਡੈਡੀ ਅੱਛਾ ਆ ਤਾਂ ਮੰਮੀ ਮੰਮੀ ਮੈਨੂੰ ਲੱਗਦਾ ਰੰਗ ਹੀ ਕਰਦੇ ਨੇ। ਮੰਮੀ ਤਾਂ ਸੀਮੈਂਟ ਵੀ ਹੱਥਾਂ ਨਾਲ ਲਾਉਂਦੇ ਹੁੰਦੇ, ਕੋਈ ਲੋੜ ਨੀ ਪੈਂਦੀ ਤੁਹਾਨੂੰ ਉਹਦੀ ਖੁਰਪਣਿਆ ਖੁਰਪਣਿਆਂ ਦੀ। ਲੈ ਮੰਮੀ ਨੇ ਤਾਂ ਇੱਕ ਲੈਣ ਕਰਤੀ, ਮੰਮੀ ਲਾਉਂਦਾ ਮੁਕਾ ਹੀ ਦੇਣੀਆਂ ਜੇ ਕੰਧ ਤੁਸੀਂ ਕਰਕੇ। ਹੁਣ ਡੈਡੀ ਨੂੰ ਕਹੀਏ ਕਰੋ, ਮੰਮੀ ਬਾਹ ਦਾ ਨੀ ਤੂੰ ਲਾਪੀ
ਬਾਹਰ ਹੈ ਦੁੱਧ ਦੀ। ਅੱਛਾ ਮੰਮੀ ਡੈਡੀ ਕਹਿੰਦੇ ਬਾਹਰ ਆਈ ਤੇ ਕਾਲਾ ਤੱਕ ਨੀ ਦੁਗਣੀ ਹੈ ਡੈਡੀ। ਮੰਮੀ ਕਹਿੰਦੇ ਲੋਹਾ ਫਿੱਟ ਕੀਤਾ ਮੇਰੀ ਬਾਂਹ ਚ। ਮੰਮੀ ਕਿਹੜਾ ਤੁਸੀਂ ਕਿਹੜਾ ਪੜ੍ਹੇ ਲਿਖੇ ਤੁਹਾਨੂੰ ਜਿਹੜਾ ਦੱਸਣਾ ਚਾਹੀਦਾ ਸੀ ਤਾਂ ਹੀ ਅਗਲਾ ਬੰਦਾ ਹਿਸਾਬ ਲਾਉਂਦਾ ਕਿ ਪੈਸੇ ਨਾ ਮੰਗ ਲੈਣ। ਨੀ ਤੁਹਾਨੂੰ ਕਦੀ ਪੈਸੇ ਵੀ ਦਿੱਤੇ ਮਾਤਾ ਨੇ ਹੈ ਅੰਮੀ ਪੈਨਸ਼ਨ ਜਿਹੜੀ ਮਿਲਦੀ ਨਾ ਹਿਸਾਬ ਲਾ ਕੇ ਦੱਸ ਦੇਣਾ ਸੀ ਇਹਨਾਂ ਨੇ ਕਿ ਇੰਨੇ ਪੈਸੇ ਤੁਹਾਡੇ ਬਣਦੇ ਆ ਫਿਰ ਤੁਸੀਂ ਦੱਸਿਆ ਨੇ ਫਿਰ ਤੁਹਾਨੂੰ ਵੀ ਨੀ ਪਤਾ ਲੱਗਾ ਫਿਰ ਤੁਸੀਂ ਪੜ੍ਹੇ ਲਿਖੇ ਵੀ ਨੀ ਉੱਤੋਂ ਦੇਖ ਪੜ੍ਹਾਈ ਲਿਖਾਈ ਹਰ ਕੰਮ ਵਿੱਚ ਜ਼ਰੂਰੀ ਆ ਚਾਹੇ ਦਿਹਾੜੀਆਂ ਕਰਨੀਆਂ ਜੇ ਦਿਹਾੜੇ ਤੁਸੀਂ ਕਰ ਵੀ ਲਈਆਂ ਤੁਹਾਨੂੰ ਕੋਈ ਪੈਸੇ ਦਊਗੇ ਤਾਂ ਤੁਹਾਨੂੰ ਪਤਾ ਨੀ ਲੱਗਣਾ ਕਿੰਨੇ ਆ। ਮੰਮੀ ਨੂੰ ਡੈਡੀ ਨੇ ਗੁੱਸਾ ਚੜਾ ਤਾ ਹੁਣ ਰੰਗ ਇੱਕ ਮਿੰਟ ਵਿੱਚ ਹੋ ਜਾਣੀ ਪੂਰੀ ਗੰਧ ਨਹੀਂ ਤਾਂ ਰੰਗ ਦੀ ਬਾਲਟੀ ਪਤਾ ਨੀ ਕਿੱਥੇ ਜਾਣੀ ਬੁਰਜ ਕਿਤੇ ਹੋ ਬਾਥਰੂਮ ਚਲਾ ਜਾਵੇ ਭੇਜਦੇ ਤਾਂ ਕਦੇ ਇੱਕ ਦੂਜੇ ਨੂੰ। ਲਓ ਜੀ ਮੰਮੀ ਸਾਡੇ ਜਵਾਰ ਵੀ ਜਵਾਰ ਕੂਟਦੇ ਹੁੰਦੇ ਕਿ ਛੱਲੀਆਂ ਚੋਦੇ ਹੁੰਦੇ ਅੱਛਾ ਬਸ ਇੱਕ ਬੋਰੀ ਹੁਣ ਦੇ ਲੋ ਇਹੀ ਪਤਾ ਕੀ ਕਰਨਾ ਚੜਨ ਲੱਗ ਪਿਆ ਰੰਗ ਚੜਨ ਲੱਗ ਪਿਆ ਰੰਗ ਪਰ ਇਹ ਵਿੱਚ ਵਿੱਚ ਚੜਿਆ ਨਾ ਜਾਂ ਦੂਜੇ ਪਿੰਡ ਤੇ ਹੋਊਗਾ ਨਾ ਮਾਰਤਾ ਉੱਥੇ ਮਾਰਤਾ ਆ ਪੀਲੀ ਮਿੱਟੀ ਦਿਸਦੇ ਦੂਜੇ ਕੋਟ ਤੇ ਹੋਣਾ ਇਹ ਪਰ ਫੇਰ ਵੀ ਇੱਕ ਵਾਰੀ ਵਿੱਚ ਪਾ ਲਿਆ ਫਿਰ ਡਾਰਕ ਦਾ ਜਾਰੇ ਸੋਹਣਾ ਲੱਗਣਾ ਫੇਰਨੀ
ਹੁਣ ਪਤਾ ਤਾਂ ਲੱਗ ਗਿਆ ਰੰਗ ਡਾਰਕ ਨਹੀਂ ਹੋਇਆ ਲੈਣ ਜਾਣਾ ਬਾਰ ਬਾਰ ਸੁਝਾਈ ਜਾਣਾ ਪਤਾ ਲੱਗ ਗਿਆ ਹੁਣ ਤੇ ਪੁੱਟੀ ਤਾਂ ਨਾ ਹੀ ਫਿਰ ਤੁਹਾਨੂੰ ਚੜ ਜਾਣਾ ਰੰਗ ਉੱਤੇ ਤਾਂ ਆਹੋ ਲੈਣ ਤੇ ਚੜ ਜਾਣਾ ਉੱਤੇ ਉਦੋਂ ਮਾਰਨੀ ਹੈ ਪੁੱਟੀ ਤਾਂ ਉਹ ਜਿਹੜੀ ਲੈਣ ਪਈ ਵਿੱਚ ਉਹ ਬਹੁਤ ਤੋੜ ਕੇ ਬਣਾਉਣੀ ਪੈਣੀ ਆ ਉਹ ਸਾਰੀਆਂ ਤੋੜਨੀਆਂ ਪੈਣੀਆਂ ਵਾ ਚਲੋ ਠੀਕ ਆ ਦੋਸਤੋ ਤੁਸੀਂ ਸਾਰਿਆਂ ਨੇ ਬਲੌਗ ਨਾਲ ਬਣੇ ਰਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਤੇ ਬਲੌਗ ਨਾਲ ਇੱਦਾਂ ਹੀ ਬਣੇ ਰਹੋ ਕਲਰ ਦੱਸਿਓ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਸਹੀ ਲੱਗ ਰਿਹਾ ਸਾਨੂੰ ਦੱਸਿਓ ਨਹੀਂ ਤਾਂ ਫਿਰ ਆਪਾਂ ਚੇਂਜ ਕਰਾਂਗੇ ਕੁਛ ਨਾ ਕੁਛ ਹੱਲ ਕਰਾਂਗੇ ਜ਼ਰੂਰ ਦੱਸਿਓ ਨਾ ਇੱਥੇ ਥੋੜ੍ਹਾ ਜਿਹਾ ਤੇੜ ਆਈ ਸੀ ਤੇ ਹੁਣ ਇਹ ਤੋੜ ਕੇ ਤੇਰੇ ਵਿੱਚ ਭਰਨੀ ਆ ਪੁੱਟੀ ਬਾਕੀ ਦਾ ਇੰਨਾ ਰੰਗ ਹੋ ਚੁੱਕਿਆ ਆ ਉੱਧਰੋਂ ਮੈਂ ਥੱਲੇ ਥੱਲੇ ਵੀ ਕਰ ਦਿੱਤਾ ਆ ਹੁਣ ਉੱਪਰ ਰਹਿ ਗਿਆ ਮੈਂ ਕੀਤਾ ਥੱਲੇ ਥੱਲੇ ਆ ਇਹਨਾਂ ਨੇ ਕੀਤਾ ਉਹ ਬੜਾ ਮੈਂ ਕੀਤਾ ਥੱਲੇ ਸਾਰੇ ਬਹੁਤ ਸਾਰੇ ਕਮੈਂਟ ਆਏ ਆ ਕਿ ਤੁਸੀਂ ਨਾਮ ਹੈ ਨਾ ਕਾਪੀ ਤੇ ਲਿਖ ਲਿਆ ਕਰੋ ਜਿਹਨਾਂ ਜਿਹਨਾਂ ਲੈਣੇ ਹੁੰਦੇ ਏਦਾਂ ਯਾਦ ਨਹੀਂ ਰਹਿੰਦਾ ਤੇ ਮੈਂ ਕਾਪੀ ਤੇ ਲਿਖ ਲਏ ਆ ਘੱਟੋ ਘੱਟ 10-15 ਨਾਮ ਲਿਖ ਲਏ ਆ ਤੇ ਬਾਕੀ ਜੇ ਕੋਈ ਰਹਿ ਗਿਆ ਤਾਂ ਸੋਰੀ ਤੇ ਹੁਣ ਮੈਂ ਨਾਮ ਸਾਰਿਆਂ ਦੇ ਬੋਲ ਦਵਾਂ ਇੱਕ ਨਾਮ ਜੇ ਹੈਗਾ ਜੀ ਅਰਸ਼ ਸੁੱਖ ਜੰਮੂ ਤੋਂ ਜੋਬਨਪ੍ਰੀਤ ਥੈਂਕ ਯੂ ਜੀ ਜੋਬਨਪ੍ਰੀਤ ਤੁਸੀਂ ਸਾਡੇ ਬਲੌਗ ਦੇਖਦੇ ਹੋ ਅਮਨ ਗੜ ਸ਼ੰਕਰ ਥੈਂਕ ਯੂ ਜੀ ਨੂਰ ਭੁੱਲਰ ਅੰਮ੍ਰਿਤਸਰ ਥੈਂਕ ਯੂ ਜੀ ਕਰਮਜੀਤ ਕੌਰ ਤੇ ਥੈਂਕ ਯੂ ਜੀ ਕਰਮਜੀਤ ਕੌਰ ਜੀ ਰਾਜਵਿੰਦਰ ਦਦਿਆਣਾ ਦਦਿਆਣਾ ਕਿੱਥੇ ਕਾ ਥੈਂਕ ਯੂ ਜੀ ਕਰਮਜੀਤ ਜੀ ਰਾਜਵਿੰਦਰ ਜੀ ਇੱਕ ਟਾਂਡਾ ਪਿੰਡ ਤੋਂ ਕਿਹਾ ਸੀ ਉਹਨਾਂ ਨੇ ਗੋਲਡੀ ਕਨੇਡਾ ਤੋਂ ਥੈਂਕ ਯੂ ਗੋਲਡੀ ਜੀ ਤੁਸੀਂ ਸਾਡੇ ਬਲੌਗ ਦੇਖਦੇ ਹੋ ਇੱਕ ਨਵਨੀਤ ਕੌਰ ਥੈਂਕ ਯੂ ਜੀ ਕਮਰਜੀਤ ਕਮਲਜੀਤ ਕੌਰ ਥੈਂਕ ਯੂ ਜੀ ਇੱਕ ਹੈਗੇ ਆ ਜੀ ਮਨਪ੍ਰੀਤ ਸਿੰਘ ਬੁਰਜ ਰਾਮਗੜ੍ਹ ਜ਼ਿਲ੍ਹਾ ਬਠਿੰਡਾ ਥੈਂਕ ਯੂ ਜੀ ਰਾਮਪੁਰਾ ਬਠਿੰਡਾ ਥੈਂਕ ਯੂ ਜੀ ਰਾਮਪੁਰ ਜੀ ਇੱਕ ਹੈਗੇ ਆ ਜੀ ਸੀਮਾ ਜੀ ਥੈਂਕ ਯੂ ਸੀਮਾ ਜੀ ਇੱਕ ਹੈਗੇ ਆ ਜੀ ਨਵਨੀਤ ਕੌਰ ਥੈਂਕ ਯੂ ਨਵਨੀਤ ਕੌਰ ਜੀ ਅੱਜ ਜੀ ਇੰਨੇ ਕਈ ਨਾਮ ਪੜ ਹੋਏ ਆ ਜੀ ਥੈਂਕ ਯੂ ਤੁਹਾਡਾ ਤੁਸੀਂ ਬਲੌਗ ਦੇਖਦੇ ਹੋ ਅਤੇ ਕਮੈਂਟ ਕਰਦੇ ਹੋ ਅਤੇ ਬਾਕੀ ਜਿਹੜੇ ਨਾਮ ਰਹਿ ਗਏ ਉਹ ਨੈਕਸਟ ਬਲੌਗ 'ਚ ਅਤੇ ਥੈਂਕ ਯੂ